बिस्मिल्लाहिर्रहमानिर्रहीम। कूक फरीदा कूक, तू जिमें राखा जवार, जब लग टांडा ना गिरे तब लग कूक कूक पुकार। जी अज की पंजाबी बैठक च इस वे असी कॉलेज रोड डस्का के नेड़े सर कि मार्केट हुई तलहा मार्केट के अंदर किताब नगरी दे खालक मालक जनाब काशम मुगल साहब के नाल मौजूद हाँ। एक कंपोजिंग प्रिंटिंग का काम भी कर रहे हैं तो स्टेशनरी का काम भी है। मेन इन्हों का काम जरा माहर मतलब कि इंटरनेट और इस तो अलावा काफ़ी ज़्यादा कंपोजिंग और एम फिल पी एच डी थीसिस तक भी कर रहे हैं। हूँ तो इन्होंने आप इन्ना तजर्बा हो चुका है कि खुद भी पी एच डी कर चुके हैं। तो असं इन्हों हल्की फुल्की गपशप करा जी। काशिफ भाई सर अस्सलाम वालेकुम। सर की हाल है? अच्छा सर यह दसो कि तुसी ऐ जिहड़ी दुकान ते बैठे हो तुहाडी अपनी है? जी बट सर शुक्रिया। अच्छा ते ए एसेट जिहड़ा है तुहाडा किदों दा इत्थे तुसी बनाया? बट सर एसेट मेरे वालद साहब दी मेहरबानी नाल असी कोई 6-7 साल पहले क्रिएट कीता सी। ठीक हो गया। इस तो पहले तुसी लाहौर किताब मेला ते काम कर रहे हो? दसो जी बेटा जानदे हो माल भाई नाल उहनां नाल किताबी ਕਿਤਾਬਾਂ ਦੇ ਰਿਲੇਟਡ ਜੀ ਬਿਲਕੁਲ ਸਕੂਲ ਕਾਲਜ ਯੂਨੀਵਰਸਿਟੀ ਜੀ ਬਿਲਕੁਲ ਮਤਲਬ ਇਹ ਹੈ ਕਿ ਅਸੀਂ ਕਹਿ ਸਕਦੇ ਹਾਂ ਕਿ ਉਹ ਜਿਸ ਤਰ੍ਹਾਂ ਤੁਹਾਡਾ ਉਹ ਐਕਸਪੀਰੀਅੰਸ ਸੀ ਉਹ ਜ਼ਾਇਆ ਨਹੀਂ ਹੋਇਆ? ਜੀ ਬਿਲਕੁਲ ਐਕਸਪੀਰੀਅੰਸ ਤੁਹਾਡਾ ਕੋਈ ਵੀ ਨਹੀਂ ਜ਼ਾਇਆ ਹੁੰਦਾ ਹੈ ਉਹ ਤੁਹਾਡਾ ਸੋਸ਼ਲ ਰਿਲੇਸ਼ਨਸ਼ਿਪ ਜਿਹੜਾ ਨੇ ਇੱਥੇ ਵੀ ਕੰਮ ਆ ਰਿਹਾ ਹੈ ਜੀ ਅਲਹਮਦੁਲਿਲਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਅੱਛਾ ਇਹ ਦੱਸੋ ਸਰ ਜਿਹੜੀ ਕੰਪੋਜ਼ਿੰਗ ਸੀ ਇਹ ਤੁਸੀਂ ਕਿੱਥੋਂ ਸਿੱਖੀ ਹੈ? ਕੰਪੋਜ਼ਿੰਗ ਪਿੱਟ ਸਾਹਿਬ ਵੈਸੇ ਤਾਂ ਕਿਹਾ ਜਾਂਦਾ ਹੈ ਕਿ ਬੇਉਸਤਾਦਾ ਬੰਦਾ ਜਿਹੜਾ ਨਾ ਅੱਛਾ ਕਿਸੇ ਕੰਮ ਦਾ ਨਹੀਂ ਹੁੰਦਾ ਲੇਕਿਨ ਮੈਂ ਕਹਿੰਦਾ ਜਿਹੜਾ ਬੇਉਸਤਾਦਾ ਹੁੰਦਾ ਹੈ ਨਾ ਉਹਦਾ ਜ਼ਬਾਨਾ ਉਸਤਾਦ ਹੁੰਦਾ ਤੇ ਥੋੜੀ ਬਹੁਤ ਮੈਨੂੰ ਪਹਿਲੇ ਆਂਦੀ ਸੀ ਫਿਰ ਇੱਥੇ ਆ ਕੇ ਤੇ ਯੂਟਿਊਬ ਜਿਹੜੀ ਹੈ ਉਸਤਾਦ ਦਾ ਕੰਮ ਕੀਤਾ ਯੂਟਿਊਬ ਯੂਨੀਵਰਸਿਟੀ ਹੈਗੀ ਤੇ ਇਹਦੇ ਤੋਂ ਮੈਂ ਬਹੁਤ ਸਾਰੇ ਰਿਜ਼ਲਟ ਤੱਕ ਵੀ ਇੱਥੇ ਬਾਅਦ ਵਿੱਚ ਤੁਹਾਡੇ ਸਾਹਮਣੇ ਕੋਈ ਨਾ ਕੋਈ ਵੀਡੀਓ ਖੋਲ੍ਹ ਕੇ ਨਾ ਕੋਈ ਨਾ ਕੋਈ ਸਿੱਖਦੇ ਹੋਈ ਤਾਂ ਉਰਦੂ ਦੀ ਕਰ ਲੈਂਦੀ ਸੀ ਫਿਰ ਇੱਥੇ ਆ ਕੇ ਅਰਬੀ ਦੀ ਵੀ ਕੁਰਾਨ ਪਾਕ ਪੜ੍ਹਨ ਦਾ ਲੱਗ ਗਿਆ ਕਾਫੀ ਐਕਸਪੀਰੀਅੰਸ ਆਇਸਤਾ ਆਇਸਤਾ ਹੋ ਗਏ 3-4 ਸਾਲ ਤੇ ਹੋ ਗਏ ਨੇ ਇੱਥੇ ਬੈਠੇ ਆ। ਅੱਛਾ ਅਰਬੀ ਕੰਪੋਜ਼ਿੰਗ ਵੀ ਕਰ ਰਹੇ ਹੋ? ਜੀ ਬਟ ਸਭ ਸ਼ੁਕਰ ਇਹ ਬਹੁਤ ਵੱਡੀ ਗੱਲ ਹੈ ਜੀ ਕਿ ਅਰਬੀ ਕੰਪੋਜ਼ਿੰਗ ਥੋੜੀ ਮੁਸ਼ਕਲ ਹੈ ਉਹ ਸੈਥ ਥੋੜਾ ਅਲੱਗਾ ਵੀ ਹੈ ਉਹ ਵੱਖੋ ਵੱਖ ਵੱਖਰੀ ਹੈ ਨਾ ਥੋੜੀ ਤੇ ਉਹ ਥੋੜਾ ਦਿੱਕਤ ਵੀ ਆਉਂਦੀ ਹੈ ਲੇਕਿਨ ਤੁਸੀਂ ਉਹ ਕੀਤੀ ਹੈ ਬਲਕਿ ਤੁਸੀਂ ਤਾਂ ਪੰਜਾਬੀ ਕੰਪੋਜ਼ਿੰਗ ਵੀ ਕੀਤੀ ਹੈ ਮੈਂ ਕਰਵਾਉਂਦਾ ਰਿਹਾ ਤੁਹਾਡੇ ਕੋਲ ਤੇ ਬਹੁਤ ਵਧੀਆ ਜੀ ਪੰਜਾਬੀ ਜ਼ਰਾ ਨਿਸਬਤਨ ਈਜ਼ੀ ਹੈ ਪੰਜਾਬੀ ਨਿਸਬਤਨ ਈਜ਼ੀ ਹੈ ਲੇਕਿਨ ਪੰਜਾਬੀ ਤੁਹਾਡੇ ਇਲਾਵਾ ਕਿਸੇ ਹੋਰ ਨੇ ਕਰਵਾਈ ਨਹੀਂ ਹੈ ਹਲੇ ਤੱਕ ਅੱਛਾ ਜਿਹੜੀ ਗੱਲ ਕਿ ਜਿਹੜੀ ਅੱਛੀ ਗੱਲ ਨਹੀਂ ਹੈ ਅੱਛਾ ਅੱਛਾ ਲੋ ਜੀ ਇਨਸ਼ਾਅੱਲਾ ਇੱਕ ਵਕਤ ਇੱਕ ਵੇਲਾ ਉਹ ਆਏਗਾ ਕਿ ਹੋਰ ਵੀ ਕਰਾਣਗੇ ਲੋਕੀ ਤੇ ਇਹ ਪੰਜਾਬੀ ਦਾ ਜਿਹੜਾ ਨਾ ਉਹ ਡੰਕਾ ਵੱਜੇਗਾ ਪੂਰੇ ਜ਼ਮਾਨੇ ਦੇ ਅੰਦਰ ਤੇ ਇਹ ਦੱਸੋ ਕਿ ਸਰ ਜਿਹੜੀ ਕੰਪੋਜ਼ਿੰਗ ਤੁਸੀਂ ਕਰਦੇ ਹੋ ਇਹਦੇ ਵਿੱਚ ਜਿਹੜਾ ਲੌਂਗ ਟਰਮ ਕੰਮ ਹੈ ਉਹ ਥੀਸਿਸ ਦਾ ਹੀ ਹੈ? ਲੌਂਗ ਟਰਮ ਕੰਮ ਥੀਸਿਸ ਦਾ ਵੀ ਕਿਤਾਬਾਂ ਦਾ ਵੀ ਲੇਕਿਨ ਕਿਤਾਬਾਂ ਦਾ ਚੌਂਕ ਦੱਸਿਆ ਇੱਕ ਛੋਟਾ ਜਿਹਾ ਕਹਿ ਲਓ ਕਿ ਸ਼ਹਿਰ ਹੈਗਾ ਵੇ ਅਤੇ ਇੱਥੇ ਉਨਾ ਉਹ ਚੀਜ਼ ਦਾ ਨਹੀਂ ਆਉਂਦਾ ਹੈ। ਅੱਛਾ ਲੇਕਿਨ ਇੱਥੇ ਜ਼ਿਆਦਾਤਰ ਥੀਸਿਸ ਦਾ ਹੀ ਆਉਂਦਾ ਵੇ ਥੀਸਿਸ ਦਾ ਹੀ ਆਉਂਦਾ ਕਿਤਾਬਾਂ ਦਾ ਜ਼ਰਾ ਘੱਟ ਜੀ ਇੱਥੇ ਬੁੱਕਸ ਦਾ ਘੱਟ ਹੈਗਾ ਵੇ ਅਤੇ ਬਾਕੀ ਸਕੂਲਸ ਦਾ ਆ ਜਾਂਦਾ ਵੇ ਕਿ ਨੋਟਸ ਆ ਗਏ ਨੇ ਤੁਹਾਡੇ ਮੁੱਖ ਟੀਚਰਸ ਵਗੈਰਾ ਦੇ ਜੇ ਉਹ ਪੇਪਰਸ ਆ ਜਾਂਦੇ ਨੇ ਅਸਾਈਨਮੈਂਟਸ ਵਗੈਰਾ ਉਹ ਚੱਲਦਾ ਉਹ ਰੂਟੀਨ ਦਾ ਕੰਮ ਜੀ ਉਹ ਰੂਟੀਨ ਦਾ ਕੰਮ ਦੇਖੋ ਉਹਨਾਂ ਦਾ ਕੋਈ ਵਾਰ ਨਾ ਆ ਜਾਏਗਾ। ਅਤੇ ਤੁਸੀਂ ਕੀ ਸਮਝਦੇ ਹੋ ਕਿ ਤੁਸੀਂ ਆਪਣਾ ਖੁਦ ਸੈਲਫ ਮੇਡ ਬੰਦੇ ਹੋ ਤੁਸੀਂ ਕੰਮ ਸਿੱਖਿਆ ਵੀ ਕਰ ਵੀ ਰਹੇ ਹੋ ਅਤੇ ਯਾਨੀ ਇਹ ਇਸ ਗੱਲ ਦੀ ਅਲਾਮਤ ਹੈ ਕੋਈ ਵੀ ਬੰਦ ਕੋਈ ਕੰਮ ਜਿਹੜਾ ਬੰਦਾ ਕਰਨਾ ਚਾਹੇ ਹੋ ਸਕਦਾ ਅਤੇ ਤੁਸੀਂ ਕਰ ਵੀ ਰਹੇ ਅਮਲਨ ਤੁਸੀਂ ਸਾਬਤ ਵੀ ਕੀਤਾ ਹੈ ਅਤੇ ਤੁਸੀਂ ਹੋਰ ਜਿਹੜੇ ਕਾਰੋਬਾਰੀ ਬੰਦੇ ਆਉਣਾ ਚਾਹੁੰਦੇ ਨੇ ਬੇਰੁਜ਼ਗਾਰੀ ਤੋਂ ਤੰਗ ਉਹਨਾਂ ਨੂੰ ਕੀ ਸੁਨੇਹਾ ਦਿਓਗੇ? ਸਭ ਸਿੰਪਲ ਕੰਮ ਹੈ ਜ਼ਰੂਰੀ ਨਹੀਂ ਕਿ ਤੁਸੀਂ ਕੋਈ ਐਡਾ ਸੈਟਅਪ ਲੈ ਕੇ ਬਹੁਤ ਤੁਸੀਂ ਇੱਕ 50-60 ਹਜ਼ਾਰ 70 ਹਜ਼ਾਰ ਦੇ ਵਿੱਚ ਰੇਂਜ ਵਿੱਚ 50 ਹਜ਼ਾਰ ਚਲੋ ਰੇਂਜ ਦੇ ਵਿੱਚ ਇੱਕ ਫੋਟੋ ਕਾਪੀ ਮਸ਼ੀਨ ਵਗੈਰਾ ਲੈ ਕੇ ਆਪਣੇ ਕੋਈ ਸ਼ਹਿਰ ਦੇ ਮਹਿਸੂਸ ਪੁਆਇੰਟ ਉੱਤੇ ਬੈਠ ਸਕਦੇ ਹੋ ਕੋਈ ਛੋਟੇ ਕਿਸੇ ਵੀ ਗਲੀ ਮਹੱਲੇ ਦੇ ਨੁੱਕਰ ਤੋਂ ਤੁਸੀਂ ਕੰਮ ਸ਼ੁਰੂ ਕਰ ਸਕਦੇ ਹੋ ਕੋਈ ਤੇ ਕੰਮ ਦੀ ਮੰਗ ਵੀ ਹੈਗੀ ਹੈ ਮੰਗ ਵੀ ਹੈਗੀ ਹੈ ਮਤਲਬ ਜਿਹੜਾ ਟੈਕਨੀਕਲ ਬੰਦਾ ਉਹ ਮਾਰ ਨਹੀਂ ਖਾਂਦਾ ਜੀ ਬਿਲਕੁਲ ਉਹਨੂੰ ਰਿਜ਼ਕ ਮਿਲਦਾ ਦੇਖੋ ਬੱਚੇ ਅੱਜ ਕੱਲ੍ਹ ਹਰ ਬੰਦਾ ਐਂਡਰਾਇਡ ਮੋਬਾਈਲ ਦਾ ਯੂਜ਼ ਕਰ ਲੈਂਦਾ ਤਾਂ ਉਹਦੇ ਲਈ ਜਾਂਦਾ ਮਸ਼ੀਨਾਂ ਨੂੰ ਯੂਜ਼ ਕਰਨਾ ਜਾਂ ਕੰਪਿਊਟਰ ਨੂੰ ਕਾਫੂ ਕਾ ਜਾਣਨਾ ਇਹ ਕੋਈ ਐਡਾ ਮਸਲਾ ਨਹੀਂ। ਅੱਛਾ ਇਹ ਦੱਸੋ ਕਿ ਆਪਣਾ
ਜਿਹੜਾ ਅੱਗੇ ਤੁਹਾਡੇ ਇਰਾਦੇ ਕੀ ਨੇ ਇਸ ਕੰਮ ਨੂੰ ਲੈ ਕੇ ਅਗਾਂਹ ਤੁਰਨ ਦੇ, ਕਿਉਂਕਿ ਤੁਹਾਡੇ ਕੋਲ ਇਸ ਦੁਕਾਨ ਦਾ ਉਤਲਾ ਹਿੱਸਾ ਵੀ ਕੋਲ ਹੈ, ਜੀ ਪਰ ਤੇ ਸਾਹਿਬ ਤੁਸੀਂ ਜੇ ਕੰਮ ਮੈਂ ਨੂੰ ਕਿਸ ਤਰ੍ਹਾਂ ਵਧਾਵਾ ਕਰੋਗੇ? ਪਰ ਸਭ ਉੱਤੇ ਇਨਸ਼ਾ ਅੱਲਾਹ ਤਾਲਾ ਇਹੀ ਸਾਲ ਦੇ ਵਿੱਚ ਤੁਸੀਂ ਦੇਖੋਗੇ ਕਿ ਕੰਪੋਜ਼ਿੰਗ ਦੇ ਸੈਂਟਰ ਵਿੱਚ ਛੋਟਾ ਜਿਹਾ ਕੰਪੋਜ਼ਿੰਗ ਦਾ ਕੰਮ ਟੋਟਲੀ ਉੱਤੇ ਸ਼ਿਫਟ ਕਰ ਦੇਵਾਂਗੇ, ਤਾਂ ਕਿ ਆਫੀਸ਼ੀਅਲ ਜਿਹੜਾ ਕੰਮ ਹੁੰਦਾ ਬਾਹਰਲੀ ਡਿਸਟਰਬੈਂਸ ਘੱਟ ਜਾਂਦੀ ਉਹਦੇ ਨਾਲ, ਅਤੇ ਬਾਕੀ ਨੀਚੇ ਅਸੀਂ ਸਟਿਚਿੰਗ ਵਗੈਰਾ ਨੂੰ ਹੀ ਐਕਸਪੈਂਡ ਕਰਾਂਗੇ। ਵਧੀਆ ਜੀ, ਬਹੁਤ ਵਧੀਆ ਜੀ, ਯਾਨੀ ਥੱਲੇ ਸਟੇਸ਼ਨਰੀ ਤੋਂ ਉੱਪਰ ਕੰਪੋਜ਼ਿੰਗ, ਜੀ ਬਿਲਕੁਲ, ਅਤੇ ਇਹ ਰੂਟੀਨ ਚੱਲਦਾ ਰਹੇਗਾ ਇਨਸ਼ਾ ਅੱਲਾਹ ਤਾਲਾ। ਅੱਛਾ ਇਹ ਦੱਸੋ ਕਿ ਪੰਜਾਬੀ ਤੁਹਾਡੀ ਮਾਂ ਬੋਲੀ, ਸਾਡੇ ਸਾਰਿਆਂ ਦੀ ਮਾਂ ਬੋਲੀ ਹੈ ਪੰਜਾਬੀ, ਪਾਕਿਸਤਾਨ ਦੀ 80% ਆਬਾਦੀ ਦੀ ਸਭ ਤੋਂ ਵੱਡੀ ਜ਼ਬਾਨ ਹੈ, ਆਜ਼ਾਦ ਕਸ਼ਮੀਰ ਵਿੱਚ ਵੀ 98% ਆਬਾਦੀ ਪੰਜਾਬੀ ਬੋਲਦੀ ਹੈ, ਤੁਸੀਂ ਪੰਜਾਬੀ ਮਾਂ ਬੋਲੀ ਦੇ ਵੱਲ ਨਾਲ ਕੀ ਜਜ਼ਬਾਤ ਰੱਖਦੇ ਹੋ? ਬਟ ਸਰ ਤੁਹਾਨੂੰ ਮੈਂ ਨਾ ਚੰਦ ਦਿਨ ਪਹਿਲਾਂ ਨਾ ਮੈਂ ਇੱਕ ਵੀਡੀਓ ਅਸੀਂ ਦੇਖ ਰਿਹਾ ਹਾਂ, BBC ਸੈਬਰੀਅਨ ਦੀ ਵੀਡੀਓ ਸੀ, ਤੇ ਉਹਨਾਂ ਨੇ ਇਨਕਸ਼ਾਫ ਕੀਤਾ ਤੇ ਮੈਂ ਬੜਾ ਸੁਣ ਕੇ ਹੈਰਾਨ ਹੋਇਆ। ਉਹਨਾਂ ਨੇ ਕਿਹਾ ਗੋ ਕਿ ਪਾਕਿਸਤਾਨ ਦੀ ਜ਼ਬਾਨ ਕੌਮੀ ਜ਼ਬਾਨ ਉਰਦੂ ਨੂੰ ਗਰਦਾਨਿਆ ਜਾਂਦਾ, ਲੇਕਿਨ ਉਰਦੂ ਬੋਲਣ ਵਾਲੇ ਬੰਦੇ ਜਿਹੜੇ ਨੇ 12 ਤੋਂ 18% ਤੋਂ ਜ਼ਿਆਦਾ ਨਹੀਂ ਹੈਗੇ ਹੈ। ਸਹੀ, ਤੇ ਉਸ ਤੋਂ ਬਾਅਦ ਸਾਰਿਆਂ ਨਾਲੋਂ ਜ਼ਿਆਦਾ ਆਬਾਦੀ ਸੂਬਾ ਜਿਹੜਾ ਆਬਾਦੀ ਦੇ ਲਿਹਾਜ਼ ਨਾਲ ਪੰਜਾਬ ਹੈਗਾ ਵੇ, ਠੀਕ ਬਲਕਿ ਦੂਸਰੇ ਸੂਬੇ ਆ, ਤੇ ਇਸ ਵਾਸਤੇ ਪੰਜਾਬੀ ਜਿਹੜੀ ਹੈ, ਲੇਕਿਨ ਸਾਡੇ ਇੱਥੇ ਇਹਦੇ ਉੱਤੇ ਲੱਗ ਇੱਕ ਅਲਮੀਆ ਪਾਇਆ ਜਾਂਦਾ ਹੈ ਕਿ ਅਸੀਂ ਪੰਜਾਬੀ ਬੋਲਣਾ ਥੋੜ੍ਹਾ ਜਿਹਾ ਨਾ ਕਹਿ ਲਓ ਕਿ ਜਿਵੇਂ ਮੈਂ ਬੋਲਾਂਗਾ ਤਾਂ ਸਮਝ ਜਾਵਾਂਗਾ ਜਾਹਲ ਆ, ਮੈਂ ਕਿਸੇ ਰੈਸਟੋਰੈਂਟ 'ਚ ਬੈਠਾ ਹੁੰਦਾ ਵਾਂ ਯਾਰ ਦੋਸਤਾਂ ਨਾਲ ਕੁਛ ਖਾ ਪੀ ਰਿਹਾ ਵਾਂ, ਅਤੇ ਜੇ ਉੱਥੇ ਨਾ ਬਹਿ ਕੇ ਪੰਜਾਬੀ ਬੋਲਾਂਗਾ ਤਾਂ ਉੱਥੇ ਉਹਨੂੰ ਬੁਰਾ ਸਮਝਿਆ ਜਾਂਦਾ, ਉਹਨੂੰ ਸਮਝਿਆ ਜਾਏਗਾ ਯਾਰ ਕਿੱਥੋਂ ਉੱਠ ਕੇ ਆ ਗਿਆ ਜੀ, ਉਹ ਤੁਸੀਂ ਸਮਝਦੇ ਹੋ ਯਾਨੀ ਸੋਚ ਦੀ, ਅਤੇ ਇਹਨੂੰ ਅਸੀਂ ਕਹਾਂਗੇ ਕਿ ਜ਼ਹਿਨੀ ਤੌਰ 'ਤੇ ਅਸੀਂ ਪਸਮਾਨਦਗੀ ਦਾ ਸ਼ਿਕਾਰ ਹੈ ਇਸ ਸਵਾਲ ਨਾਲ, ਇਹ ਜ਼ਹਿਨੀ ਪਸਮਾਨਦਗੀ, ਅਤੇ ਜਦਕਿ ਅਸੀਂ ਹੁਣ ਸਿੱਖਾਂ ਦੀ ਜਾਂ ਇੰਡੀਆ ਦੇ ਮੂਵੀਜ਼ ਵਗੈਰਾ ਵੇਖੀ ਦੀਆਂ, ਅਤੇ ਉਹ ਜਿਹੜੇ ਸਿੱਖ ਹੈਗੇ ਨੇ ਉਹਨਾਂ ਦੇ ਡਾਕਟਰਸ ਨੇ ਉਹ ਆਪਣਾ ਆਫਿਸਿਸ ਦੇ ਵਿੱਚ ਦਫਤਰਾਂ ਦੇ ਵਿੱਚ ਪੰਜਾਬੀ ਬੋਲਦੇ, ਸਾਡੇ ਇੱਥੇ ਦਫਤਰਾਂ ਵਿੱਚ ਪੰਜਾਬੀ ਬੋਲ ਕੇ ਹੋ, ਤੁਸੀਂ ਵੀ ਆਫਿਸ਼ੀਅਲ ਲੈਵਲ 'ਤੇ ਕੰਮ ਕਰਦੇ ਹੋ ਜੀ ਜੀ, ਅਤੇ ਇਹ ਚੀਜ਼ ਨੂੰ ਮੇਰੇ ਖਿਆਲ ਨਾਲ ਤੁਸੀਂ ਮੇਰੇ ਨਾਲ ਜ਼ਿਆਦਾ ਬਿਹਤਰ। ਹਾਂਜੀ, ਲੇਕਿਨ ਮੈਂ ਤਾਂ ਬੋਲਦਾ ਜੇ ਟਿਕਾ ਕੇ, ਅਤੇ ਅੱਲਾ ਦੇ ਫਜ਼ਲ ਦੇ ਨਾਲ ਲੋਕ ਵੀ ਫਾਲੋ ਕਰਦੇ ਨੇ ਪੰਜਾਬੀ ਨੂੰ, ਸਾਨੂੰ ਕਿਸੇ ਨੇ ਸਿੱਖਤੇ ਹੋਏ ਸਾਨੂੰ ਸਾਸੇ ਕਮਤਰੀ ਕੋਈ ਨਹੀਂ, ਅਸੀਂ ਪੰਜਾਬੀ ਨੂੰ ਰਿਚ ਜ਼ਬਾਨ ਸਮਝਦੇ ਹਾਂ, ਉਹਦਾ ਜ਼ਖੀਰਾ ਅਲਫਾਜ਼ ਪਾਕਿਸਤਾਨ ਦੀਆਂ ਸਾਰੀ ਜ਼ਬਾਨਾਂ ਨਾਲੋਂ ਜ਼ਿਆਦਾ, ਉਹਦੇ ਅੰਦਰ ਮਵਾਦ ਸਭ ਤੋਂ ਜ਼ਿਆਦਾ ਹੈ, ਔਰ ਹਰ ਤਰ੍ਹਾਂ ਦਾ ਮਾਸ਼ੀ ਮਾਸ਼ਰਤੀ ਔਰ ਇਸ ਤੋਂ ਇਲਾਵਾ ਸਮਾਜੀ ਕਿਸਮ ਦਾ ਸਿਆਸੀ ਕਿਸਮ ਦਾ ਮਵਾਦ ਭਰਵਾਂ ਮਵਾਦ ਮੌਜੂਦ ਹੈ, ਔਰ ਚੋਟੀ ਦੇ ਸ਼ਾਇਰ ਨੇ ਹੁਣ ਵੀ ਹੋਏ ਨੇ, ਰੀਸੈਂਟਲੀ ਮੁਨੀਰ ਨਿਆਜ਼ੀ ਸਾਹਿਬ ਬਹੁਤ ਵੱਡੇ ਸ਼ਾਇਰ ਸਨ, ਤੁਹਾਨੂੰ ਪਤਾ ਹੈ ਉਹਨਾਂ ਦੇ ਸ਼ੇਰ ਬੜਾ ਮਸ਼ਹੂਰ ਹੋਇਆ ਸੀ, ਕੁਝ ਉਂਝ ਵੀ ਰਾਵਾਂ ਔਖੀਆਂ ਸਨ, ਸ਼ੋਹਰਤ ਦੀਵਾਨ ਜਿਹੜੀ ਨਾ ਉਹਨਾਂ ਦੇ ਪੰਜਾਬੀ ਸ਼ਾਇਰੀ ਤੋਂ ਮਿਲੀ ਹੈ, ਉਹਨਾਂ ਦਾ ਦੂਜਾ ਕਲਾਮ ਵੀ ਹੈ, ਕੁਝ ਉਂਝ ਵੀ ਰਾਵਾਂ ਔਖੀਆਂ ਸਨ, ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਗੱਲ ਵਿੱਚ ਗਮਾਂ ਦਾ ਤੌਕ ਵੀ ਸੀ, ਅਤੇ ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ, ਅਤੇ ਦੇਖੋ ਨਾ ਉਹਨਾਂ ਦੀ ਸ਼ਾਇਰੀ ਇੱਕ ਜ਼ਰਬੁਲ ਮਿਸਲ ਦੀ ਤਰ੍ਹਾਂ ਬਣ ਗਈ ਨਾ ਜੀ, ਇੱਕ ਮੁਹਾਵਰਾ ਬਣ ਗਿਆ, ਅਤੇ ਉਹ ਵਰਤਿਆ ਜਾਂਦਾ ਅੱਜ ਵੀ, ਹਵਾਲਾ ਦਿੱਤਾ ਜਾਂਦਾ। ਅਤੇ ਲਓ ਜੀ, ਵਰੇ ਵਾਰ ਵੱਡਾ ਪੰਜਾਬੀ ਇਕੱਠ ਇਨਸ਼ਾਅੱਲਾ 6 ਮਾਰਚ 2022 ਨੂੰ ਲਾਹੌਰ 'ਚ ਉਹ ਫੁੱਲੀ ਹੋਵੇਗਾ, ਕੋਈ ਡੇਟ ਚੇਂਜ ਹੋਈ ਤੁਹਾਨੂੰ ਦੱਸ ਦਿਆਂਗੇ, ਤੁਹਾਨੂੰ ਉਹਦਾ ਸੱਦਾ ਹੈ, ਉਮੀਦ ਹੈ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਤੁਸੀਂ ਆਪਣੇ ਬੰਦਿਆਂ ਦੇ ਨਾਲ ਭਰਪੂਰ ਪਰਵੇ ਅੰਦਾਜ਼ ਦੇ ਨਾਲ ਲਾਹੌਰ ਆ ਕੇ ਸ਼ਿਰਕਤ ਕਰੋਗੇ, ਰਲਤ ਕਰੋਗੇ ਇਨਸ਼ਾਅੱਲਾ, ਉਮੀਦ ਹੈ ਕਿ ਤੁਹਾਡੀ ਰਲਤ ਪੰਜਾਬੀ ਦਾ ਮਾਣ ਵਧਾਏਗੀ ਔਰ ਮਾਂ ਬੋਲੀ ਦੀ ਖਿਦਮਤ ਹੋਵੇਗੀ। ਇਹ ਸੇਵਾ ਹੈ ਜੀ ਤੁਹਾਡੀ ਪੰਜਾਬੀ ਲਈ, ਠੀਕ ਹੈ ਜੀ। ਲਓ ਜੀ, ਬਹੁਤ ਵਧੀਆ ਜੀ, ਬੜੀ ਮਿਹਰਬਾਨੀ ਅਤੇ ਸ਼ੁਕਰੀਆ, ਰੱਬ ਰਾਖਾ ਅਤੇ ਅੱਲਾ ਬੇਲੀ।